ਬਾਬਾ ਜੀ, ਹਾਂਜੀ ਪੁੱਛੋ। ਅੱਜ ਫੇਰ ਮੇਰੇ ਇੱਕ ਸਵਾਲ ਦਾ ਜਵਾਬ ਦਿਓ। ਅੱਗੇ ਤੁਸੀਂ 2 ਵਾਰੀ ਗਲਤ ਜਵਾਬ ਦਿੱਤਾ, ਅੱਛਾ ਸੋਚ ਸਮਝ ਕੇ ਜਵਾਬ ਦੇ ਆ ਜੇ। ਠੀਕ ਹੈ। ਅੱਜ ਇਨਾਮ ਵੱਡਾ ਜੇ, ਤੂੰ ਸਵਾਲ ਪੁੱਛ। ਅੱਜ ਪਤਾ ਜੇ ਇਨਾਮ ਕਿੰਨਾ ਹੈ? ਕਿੰਨਾ? 5,000 ਰੁਪਈਆ। ਠੀਕ ਹੈ, ਸਵਾਲ ਪੁੱਛ ਤੂੰ। ਇਹ 5,000 ਰੁਪਈਆ ਠੀਕ ਹੈ, ਠੀਕ ਹੈ, ਇਹ ਇਨਾਮ ਹੈ, ਠੀਕ ਹੈ। ਉਹ ਕਿਹੜਾ ਜਾਨਵਰ ਹੈ ਜਿਹਦਾ ਗੋਸ਼ਤ ਖਾਣ ਨਾਲ ਵੁਜ਼ੂ ਟੁੱਟ ਜਾਂਦਾ ਹੈ? 5,000 ਦਾ ਸਵਾਲ ਜੇ। ਖਰਗੋਸ਼। ਸੋਚ ਸਮਝ ਕੇ। ਗਾਏ। ਨਾ, ਪੰਜ ਹਜ਼ਾਰ। ਨਹੀਂ, ਗਾਏ। ਤੇ ਫੇਰ ਗਲਤ ਕੀਤਾ ਜੀ ਅੱਜ। ਲਓ ਜੀ, ਜਿਹੜਾ ਜਿਹੜਾ ਵੀਡੀਓ ਵੇਖਦਾ ਨਾ, ਇਹਦਾ ਜਵਾਬ ਕਮੈਂਟ 'ਚ ਜ਼ਰੂਰ ਦਿਆ ਜੀ, ਜਿਹਨੂੰ ਜਿਹਨੂੰ ਪਤਾ ਹੈ।